ਮੇਰੇ ਵੱਲੋਂ ਸਾਰੇ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਤਕਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦੀ ਗੱਲ ਦੇ ਨਾਲ ਨਾਸਰ ਜਮੀਲ ਹਾਜ਼ਰ ਖਿਦਮਤ ਹੈ। ਔਰ ਨਾਜ਼ਰੀਨ ਤੁਸੀਂ ਵੇਖਦੇ ਹੋ ਕਿ ਅਸੀਂ ਅੱਜ ਦੀ ਗੱਲ ਜਿਹੜੀ ਹੈ ਉਹ ਜਾਂ ਤਾਂ ਕਦੀ ਕਿਸੇ ਸਿਆਸਤਦਾਨ ਨਾਲ ਕਰ ਰਹੇ ਹੁੰਦੇ ਹਾਂ ਜਾਂ ਕਦੀ ਕਿਸੇ ਕੌਮੀ ਮਸਲੇ ਤੇ ਮੈਂ ਖੁਦ ਆਪਣੇ ਦਿਲ ਦੀ ਗੱਲ ਜਿਹੜੀ ਹੈ ਤੁਹਾਡੇ ਨਾਲ ਕਰ ਰਿਹਾ ਹੁੰਦਾ ਵਾਂ, ਜਾਂ ਅਸੀਂ ਇਸ ਤਰ੍ਹਾਂ ਦੇ ਜਿਹੜੇ ਜ਼ਰਾ ਥੋੜ੍ਹੇ ਭਾਰੇ ਔਰ ਜਿਹੜੇ ਔਖੇ ਔਖੇ ਮੌਜੂ ਨੇ ਅਸੀਂ ਉਹਨਾਂ ਦੇ ਉੱਤੇ ਗੱਲਬਾਤ ਕਰ ਲੈਂਦੇ ਹਾਂ। ਅੱਛਾ, ਅੱਜ ਦੀ ਗੱਲ ਜਿਹੜੀ ਉਹ ਬੜੀ ਹਲਕੀ ਫੁਲਕੀ ਜਿਹੀ ਹੈ। ਇਸ ਗੱਲ ਨੂੰ ਕਰਨ ਤੋਂ ਪਹਿਲਾਂ ਮੈਂ ਜਿਸ ਬੰਦੇ ਨਾਲ ਤੁਹਾਡੀ ਅੱਜ ਮੁਲਾਕਾਤ ਕਰਾਉਣ ਲੱਗਾ ਹਾਂ ਉਸ ਬੰਦੇ ਦਾ ਤਲਕ ਜਿਹੜਾ ਉਹ ਬਿਲਕੁਲ ਅਸੀਂ ਕਹਾਂਗੇ ਕਿ ਬੜਾ ਇੱਕ ਨਾ ਨਾਜ਼ੁਕ ਜਿਹਾ ਇੱਕ ਸ਼ੋਭਾ ਹੈ ਸਾਡੀ ਜ਼ਿੰਦਗੀ ਦਾ। ਔਰ ਮੈਂ ਸਮਝਦਾ ਕਿ ਇਨਸਾਨਾਂ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਔਰ ਹਰ ਇਨਸਾਨ ਦੀ ਕਿ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਤੇ ਮੋੜ ਦਿੱਤੇ ਉਸ ਚੀਜ਼ ਦੇ ਨਾਲ ਉਹਦਾ ਟੱਚ ਲੱਗਾ ਹੋਇਆ ਹੈ ਔਰ ਉਹਦਾ ਚਿੱਤ ਲੱਗਾ ਹੋਇਆ ਹੈ। ਮੈਂ ਸਮਝਦਾ ਕਿ ਦੁਨੀਆਂ 'ਚ ਕੋਈ ਜਾਦੂ ਨਹੀਂ ਹੈ ਔਰ ਜਾਦੂ ਸਾਰੇ ਕਹਿੰਦੇ ਨੇ ਕਿ ਝੂਠ ਹੈ, ਅੱਖਾਂ ਦਾ ਪਰਦਾ ਹੁੰਦਾ, ਪਰ ਮੈਂ ਤੁਹਾਨੂੰ ਅੱਜ ਇੱਕ ਐਸੇ ਜਾਦੂਗਰ ਨਾਲ ਔਰ ਇੱਕ ਐਸੇ ਜਾਦੂ ਦੇ ਨਾਲ ਮੁਤਾਰਫ ਕਰਾਉਣ ਲੱਗਾ ਜਿਹੜਾ ਸਭ ਦੇ ਸਿਰ ਤੇ ਚੜ੍ਹ ਕੇ ਬੋਲਦਾ ਹੈ ਔਰ ਉਹ ਜਾਦੂ ਹੁੰਦਾ ਹੈ ਮਿਊਜ਼ਿਕ। ਸੋ ਦੇਰ ਇਜ਼ ਨੋ ਮੈਜਿਕ ਇਨ ਦ ਵਰਲਡ, ਬਟ ਇਫ ਦੇਰ ਇਜ਼ ਐਨੀ, ਦੈਟ ਇਜ਼ ਮਿਊਜ਼ਿਕ। ਸੋ ਆਈ ਜਸਟ ਵਾਂਟ ਟੂ ਇੰਟਰੋਡਿਊਸ ਯੂ ਪੀਪਲ ਵਿਦ ਅ ਮੈਜੀਸ਼ੀਅਨ, ਆਈ ਮੀਨ ਵਿਦ ਅ ਮਿਊਜ਼ੀਸ਼ੀਅਨ। ਸੋ ਐਜ਼ ਲੌਂਗ ਐਜ਼ ਫੋਰ ਮੀ ਮਿਸਟਰ ਉਮਰ ਦਰਾਜ਼ ਸੰਧੂ, ਤੁਸੀਂ ਜਿਹੜੇ ਹੋ ਕਾਫੀ ਅਰਸੇ ਤੋਂ ਪਿਛਲੇ ਤੋਂ ਜਿਹੜਾ ਹੈ ਉਹ ਮਿਊਜ਼ਿਕ ਦੇ ਨਾਲ ਟੱਚਡ ਹੋ ਔਰ ਤੁਹਾਡੇ ਕਾਫੀ ਸਾਰੇ ਸਟੇਜ ਪ੍ਰੋਗਰਾਮ ਜਿਹੜੇ ਨੇ ਉਹ ਬਹੁਤ ਮਸ਼ਹੂਰ ਨੇ, ਖਾਸ ਤੌਰ ਤੇ ਦੇਰੇ ਗਾਇਰ ਦੇ ਵਿੱਚ, ਕਿਉਂ ਜੋ ਕਾਫੀ ਅਰਸੇ ਤੋਂ ਥਾਈਲੈਂਡ 'ਚ ਰਹਿ ਰਹੇ ਨੇ ਤੇ ਥਾਈਲੈਂਡ ਦੇ ਵਿੱਚ ਇਹਨਾਂ ਦਾ ਬੜਾ ਨਾਂ ਹੈ ਔਰ ਉੱਥੇ ਜਿਹੜੇ ਯਾਨੀ ਪਾਕਿਸਤਾਨੀ ਜਾਂ ਇੰਡੀਅਨ ਜਿਹੜੇ ਗਾਣ ਵਾਲੇ ਨੇ, ਜਿਹੜੇ ਸਟੇਜ ਪਰਫਾਰਮੈਂਸ ਦੇਣ ਵਾਲੇ ਨੇ, ਜਿਹੜੇ ਲੋਕਾਂ ਨੂੰ ਇੰਟਰਟੇਨ ਉੱਥੇ ਕਰਨ ਵਾਲੇ ਨੇ, ਉਹਨਾਂ ਦੇ ਵਿੱਚ ਦੀ ਬੈਸਟ ਇੰਟਰਟੇਨਰ ਥਰੂ ਮਿਊਜ਼ਿਕ ਜਿਹੜਾ ਨਾਂ ਹੈ ਉਹ ਯੂਡੀ ਸੰਧੂ ਹੈ। ਸੋ ਯੂਡੀ ਸੰਧੂ ਮੀਨ ਉਮਰ ਦਰਾਜ ਸੰਧੂ ਜਿਹੜਾ ਹੈ ਉਹ ਅੱਜ ਸਾਡੇ ਕੋਲ ਆਏ ਨੇ ਔਰ ਮੇਰੇ ਧੰਨ ਭਾਗ ਇਹ ਨੇ ਕਿ ਮੇਰਾ ਪਹਿਲਾ ਪ੍ਰੋਗਰਾਮ ਜਿਹੜਾ ਹੈ ਕਿਸੇ ਆਰਟਿਸਟ ਦੇ ਨਾਲ ਉਮਰ ਦਰਾਜ ਸੰਧੂ ਨਾਲ ਹੈ। ਸੋ ਆਓ ਉਮਰ ਦਰਾਜ ਸੰਧੂ ਨਾਲ ਮੁਲਾਕਾਤ ਕਰਨੇ ਆ ਤੇ ਵੇਖਨੇ ਆ ਕਿ ਯੂਡੀ ਸੰਧੂ ਸਾਹਿਬ ਸਾਡੇ ਲਈ ਕੀ ਲੈ ਕੇ ਆਏ ਨੇ। ਉਮਰ ਦਰਾਜ ਸੰਧੂ ਸਾਹਿਬ, ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਖੁਸ਼ ਆਮਦੀ ਦੱਸਦੇ ਹਾਂ। ਜਿਸ ਤਰ੍ਹਾਂ ਮੈਂ ਤੁਹਾਡੇ ਇੰਟਰੋ 'ਚ ਹੀ ਦੱਸਿਆ ਹੈ ਵੀ ਇਹ ਮੇਰਾ ਪਹਿਲਾ ਮਤਲਬ ਹੈ ਵੇ ਵਾਰੀ ਬਈ ਮੈਂ ਕਿਸੇ ਜਿਹੜਾ ਹੈ ਕਿਸੇ ਫਨਕਾਰ ਦੇ ਨਾਲ, ਕਿਸੇ ਗਾਇਕ ਨਾਲ, ਕਿਸੇ ਜਿਹੜਾ ਕਲਾਕਾਰ ਦੇ ਨਾਲ ਬਹਿ ਕੇ ਤੇ ਕੋਈ ਪ੍ਰੋਗਰਾਮ ਕਰਦਾ ਪਿਆ ਹਾਂ। ਸੋ ਅਗਰ ਕੋਈ ਕੰਮ ਰਹਿ ਜਾਵੇ ਤੇ ਉਹ ਤੁਸੀਂ ਆਪ ਹੀ ਪੂਰਾ ਕਰ ਲਿਆ ਜੇ ਹੈ ਤੇ ਸਾਡੇ ਪ੍ਰੋਗਰਾਮ ਅੱਜ ਦੀ ਗੱਲ 'ਚ ਅਸੀਂ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ ਤੁਹਾਡਾ। ਬਹੁਤ ਸ਼ੁਕਰੀਆ ਜੀ। ਸਭ ਤੋਂ ਪਹਿਲੇ ਤਾਂ ਨੈਸ਼ਨਲ ਟੀਵੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਇੱਥੇ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰ ਸਕੀਏ, ਕੁਛ ਇੱਕ ਦੂਸਰੇ ਨਾਲ ਸ਼ੇਅਰ ਕਰ ਸਕੀਏ ਤੇ ਬਹੁਤ ਬਹੁਤ ਸ਼ੁਕਰੀਆ ਨੈਸ਼ਨਲ ਟੀਵੀ ਤੇ ਸਪੈਸ਼ਲੀ ਤੁਹਾਡਾ, ਬਹੁਤ ਸ਼ੁਕਰੀਆ। ਅੱਛਾ, ਉਮਰ ਦਰਾਜ਼ ਸੰਧੂ ਜੀ ਜਿਹਨੂੰ ਉਰਫ ਆਮ ਤੌਰ ਲੋਕੀ ਯੂਡੀ ਸੰਧੂ ਦੇ ਨਾਂ ਨਾਲ ਜਾਣਦੇ ਨੇ ਜੀ, ਉਹਨੂੰ ਇਹ ਜਿਹੜਾ ਪੁੱਛ ਪਿਆ ਹੈ ਗਾਣ ਵਜਾਣ ਦਾ, ਇਹ ਕਦੋਂ ਤੋਂ ਕਿਸ ਤਰ੍ਹਾਂ ਕਿੱਥੋਂ? ਇਹ ਸਰ ਬਚਪਨ ਤੋਂ, ਬਿਲਕੁਲ ਮੈਂ ਛੋਟਾ ਜਿਹਾ ਸੀ ਤੇ ਮੇਰੇ ਵਾਲਦ ਸਾਹਿਬ ਐਕਚੁਅਲੀ ਕੈਥੋਲਿਕ ਮਨਾਤ ਸਨ ਜੀ, ਤੇ ਉਹਨਾਂ ਨੂੰ ਮੈਂ ਦੇਖਦਾ ਸੀ ਹਾਰਮੋਨੀਅਮ ਪਲੇ ਕਰਨਾ, ਚਰਚ ਵਿੱਚ ਕੁਆਇਰਸ ਵਗੈਰਾ ਨੂੰ ਲੀਡ ਕਰਨਾ, ਤੇ ਮੈਂ ਹਮੇਸ਼ਾ ਹੀ ਉਹਨਾਂ ਦੇ ਨਾਲ ਬੈਠਦਾ ਹੁੰਦਾ ਸੀ ਤੇ ਬਸ ਉੱਥੋਂ ਹੀ ਕਹਿ ਲਓ ਕਿ ਵਿਰਾਸਤ 'ਚ ਮਿਲਿਆ ਵਾਲਦ ਸਾਹਿਬ ਵੱਲੋਂ, ਤੇ ਉਹ ਪ੍ਰੈਕਟਿਸ ਵੀ ਸਾਰੀ ਚਰਚਿਸ ਵਿੱਚ ਹੀ ਹੋਈ ਸਾਡੀ, ਕੁਆਇਰਸ ਦੇ ਵਿੱਚ। ਫਿਰ ਮੈਂ ਬੜੀ ਛੋਟੀ ਏਜ 'ਚ ਹਾਰਮੋਨੀਅਮ ਵਜਾਉਣਾ ਸ਼ੁਰੂ ਕਰਤਾ, ਕੁਆਇਰ ਨੂੰ ਲੀਡ ਕਰਨਾ ਸ਼ੁਰੂ ਕਰ ਦਿੱਤਾ ਤੇ ਬਸ ਇਹ ਸਿਲਸਿਲਾ ਉਦੋਂ ਦੇ ਚੱਲਦਾ ਪਿਆ। ਇਹ ਜਾਗ ਕਿਉਂ ਜੋ ਤੁਹਾਨੂੰ ਗਿਰਜੇ 'ਚੋਂ ਲੱਗੀ ਹੈ? ਹਾਂਜੀ। ਤੇ ਇਸ ਜਾਗ ਦਾ ਜਿਹੜਾ ਫਲ ਹੈ ਉਹ ਕਦੀ ਗਿਰਜੇ ਨੂੰ ਮੋੜਿਆ ਵੀ ਹੈ ਜਾਂ ਤੁਸੀਂ ਸਿੱਧਾ ਬਾਕੀ ਕੰਮਾਂ ਵੱਲ ਹੀ ਹੋ? ਜਿੱਥੋਂ ਤੱਕ ਕੋਸ਼ਿਸ਼ ਹੁੰਦੀ ਹੈ, ਜਿੱਥੋਂ ਤੱਕ ਮੈਂ ਕਰ ਸਕਦਾ ਵਾਂ, ਮੈਂ ਜ਼ਰੂਰ ਕਰਦਾ। ਅੱਛਾ, ਤੁਸੀਂ ਗਿਰਜੇ 'ਚ? ਹਾਂਜੀ, ਮੈਂ ਆਪਣੀ ਅਕੀਦਤ ਵਾਸਤੇ ਜਿਹੜਾ ਨਾ ਮੈਂ ਕਰਨਾ, ਮੈਂ ਕਦੀ ਆਪਣੇ ਨਾਂ ਨਾਲ ਨਹੀਂ ਲਿਖਿਆ ਕੋਈ ਕਿ ਮੈਂ ਵਰਸ਼ੀਪਰ ਹਾਂ, ਜਾਂ ਕਿ ਮੈਂ ਆਪਣੀ ਅਕੀਦਤ ਵਾਸਤੇ ਆਪਣੇ ਸਕੂਨ ਵਾਸਤੇ ਮੈਂ ਕਰਦਾ ਰਹਿੰਦਾ। ਰੀਸੈਂਟਲੀ ਮੇਰਾ ਇੱਕ ਦੁਆ ਇੱਕ ਬਹੁਤ ਜਲਦ ਮਿਲ ਜਾਏਗੀ ਲੋਕਾਂ ਨੂੰ ਸੁਣਨ ਵਾਸਤੇ, ਉਹ ਦੁਆ ਜ਼ਰਾ ਸਾਨੂੰ ਵੀ ਸੁਣਾਓ ਜੀ। ਜ਼ਰੂਰ। ਤੇਰੇ ਦਰ ਪੇ ਦੁਆ ਕੋ ਆਏ ਹੈ, ਤੇਰੇ ਆ ਕੇ ਯੇ ਸਰ ਝੁਕਾਏ ਹੈ, ਤੇਰੇ ਆਗੇ ਯੇ ਸਰ ਝੁਕਾਏ ਹੈ। ਤੁਸੀਂ ਇਹ ਜਿਹੜਾ ਗਾਣ ਵਜਾਉਣ ਦਾ ਕੰਮ ਹੈ ਇਹ ਕਿਉਂ ਜੋ ਬੜਾ ਬਰੀਕ ਕੰਮ ਹੈ, ਬੜਾ ਨਾਜ਼ੁਕ ਕੰਮ ਹੈ, ਬੜਾ ਨਾਜ਼ੁਕ ਲੋਕਾਂ ਦਾ ਕੰਮ ਹੈ ਜੀ, ਬਿਲਕੁਲ, ਇਹ ਕਿਧਰੋਂ ਸਿੱਖਿਆ ਵੀ ਹੈ ਜਾਂ ਇਹ ਬਸ ਅਤਾ ਹੀ ਹੈ? ਇਹ
स्टार्ट च तो जिस तरह मैं दस्या कि वाला साहब कह लो कि बेसिक टीचर तो मेरे वाला साहब ही ने ते उस तो बाद मैं ऑडियो का दौर से कि जो ऑडियो कैसेट मिलते होंगे उदो कैसेट ही असं खरीदते सुनते किशोर कुमार साहब सन ते एनियर साहब राजा हैरिसन साहब ते कुमार साहब साहब ਇੱਥੇ ਸਰ ਅਨਗਿਣਤ ਨੇ ਯਾਦ ਨਹੀਂ ਪੰਜਾਬ ਟੀਵੀ ਦਾ ਮੈਂ ਕੀਤਾ
ਪੰਜਾਬ ਮੇਲਾ ਇੱਕ ਪ੍ਰੋਗਰਾਮ ਚੱਲਦਾ ਸੀ ਪੰਜਾਬ ਟੀਵੀ ਦਾ, ਉਹਦਾ ਬੈਕਗ੍ਰਾਉਂਡ ਮਿਊਜ਼ਿਕ ਕਰਦਾ ਸਾਂ ਮੈਂ, ਅਤੇ ਹੋਰ ਇਸ ਤੋਂ ਇਲਾਵਾ ਕਾਫੀ ਜ਼ਿਆਦਾ ਪਾਕਿਸਤਾਨ 'ਚ ਵੀ, ਥਾਈਲੈਂਡ 'ਚ ਵੀ ਕਾਫੀ ਜ਼ਿਆਦਾ ਸਟੇਜ ਹੈ। ਥਾਈਲੈਂਡ ਤੋਂ ਮੈਨੂੰ ਯਾਦ ਆ ਕਿ ਕਿੰਨੇ ਸਾਲ ਹੋ ਗਏ ਤੁਹਾਨੂੰ ਉੱਥੇ ਗਿਆ? ਥਾਈਲੈਂਡ ਤਕਰੀਬਨ 10 ਸਾਲ ਹੋ ਗਏ ਮੈਨੂੰ ਉੱਥੇ। 10 ਸਾਲ ਉੱਥੇ ਗਿਆ ਅਤੇ ਉੱਥੇ ਜਾ ਕੇ ਅਤੇ ਮਤਲਬ ਜਿਹੜੀ ਉੱਥੇ ਯਾਨੀ ਪਾਕਿਸਤਾਨੀ ਜਾਂ ਇੰਡੀਅਨ ਕਮਿਊਨਿਟੀ ਉਹਦੇ ਵਾਸਤੇ? ਹਾਂਜੀ ਜੀ ਜੀ, ਇੰਡੀਅਨ ਕਮਿਊਨਿਟੀ ਬਹੁਤ ਜ਼ਿਆਦਾ ਉੱਥੇ, ਲੋਕਲ ਸਰਦਾਰ ਲੋਕ ਨੇ ਜਿਹੜੇ, ਲੋਕਲ ਥਾਈ ਨੇ, ਥਾਈ ਨੈਸ਼ਨਲ ਨੇ ਜਿਹੜੇ, ਪੰਜਾਬੀ ਲੋਕ ਨੇ, ਬਹੁਤ ਜ਼ਿਆਦਾ ਮਿਊਜ਼ਿਕ ਨੂੰ ਪਸੰਦ ਕਰਦੇ। ਕਿੰਨੇ ਕੁ ਲੋਕ ਨੇ ਜਿਹੜੇ ਤੁਹਾਨੂੰ ਸੁਣਨ ਵਾਲੇ ਮੌਜੂਦ ਨੇ ਜਾਂ ਜਿਹੜੇ ਜੋ ਕੁਝ ਤੁਸੀਂ ਗਾਉਂਦੇ ਉਹਨੂੰ ਸਮਝਣ ਵਾਲੇ ਮੌਜੂਦ ਨੇ? ਉਹ ਸਰ ਹਜ਼ਾਰਾਂ ਦੀ ਤਾਦਾਦ 'ਚ ਨੇ ਲੋਕ। ਅੱਛਾ, ਥਾਈਲੈਂਡ 'ਚ ਬਹੁਤ ਲੋਕ ਨੇ? ਬਹੁਤ ਜ਼ਿਆਦਾ ਲੋਕ ਨੇ, ਟੂਰਿਸਟ ਵੀ ਆਉਂਦੇ ਨੇ। ਅੱਛਾ, ਟੂਰਿਸਟ ਨੇ, ਫਿਰ ਜਿਹੜੇ ਲੋਕਲ ਉੱਥੋਂ ਦੇ ਰਹਿਣ ਵਾਲੇ ਲੋਕ ਨੇ, ਥਾਈ ਨੈਸ਼ਨਲ ਜਿਹੜੇ, ਇੰਡੀਅਨ ਥਾਈ ਨੈਸ਼ਨਲ ਲੋਕ ਨੇ, ਪਾਕਿਸਤਾਨੀ ਥਾਈ ਨੈਸ਼ਨਲ ਲੋਕ ਨੇ, ਬਹੁਤ ਜ਼ਿਆਦਾ ਲੰਬੀ ਚੌੜੀ ਕਮਿਊਨਿਟੀ ਹੈ। ਅੱਛਾ, ਤੁਸੀਂ ਗਾਉਂਦੇ ਵਜਾਉਂਦੇ ਤੇ ਹੈ ਹੀ ਹੋ? ਹਾਂਜੀ। ਕੰਮ ਕੀ ਕਰਦੇ ਹੋ? ਕੰਮ ਸਾਰੇ ਹੈ ਜੀ। ਅੱਛਾ, ਇਹ ਕੰਮ ਹੈ? ਇਹ ਕੰਮ ਕਰਦਾ। ਬੜਾ ਕੰਮ ਹੈ ਯਾਰ। ਹਾਂਜੀ, ਅਸੀਂ ਜ਼ਮੀਨ ਹੈ ਵੀ ਜਿਹੜਾ ਗਾਉਂਦਾ ਵਜਾਉਂਦਾ ਹੋਵੇ ਉਹ ਕੋਈ ਕੰਮ ਨਹੀਂ ਕਰਦਾ, ਉਹ ਆ ਰਹਾ ਹੀ ਹੁੰਦਾ? ਨਹੀਂ 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 ਸਾਰੇ, ਇੱਕ ਪ੍ਰੋਪਰ ਇੱਕ ਜੌਬ ਹੈ, ਇੱਕ ਪ੍ਰੋਪਰ ਇੱਕ ਬਿਜ਼ਨਸ ਹੈ। ਅੱਛਾ ਜੀ, ਤੇ ਤੁਸੀਂ ਤਾਂ ਤੁਸੀਂ ਪ੍ਰੋਫੈਸ਼ਨਲੀ ਕਰਦੇ ਹੋ, ਮਤਲਬ ਤੁਸੀਂ ਆਪਣਾ ਰੋਟੀ ਟੁੱਕਰ ਜਿਹੜਾ ਰੋਜ਼ਮਰਾ ਦਾ ਉਹ ਵੀ? ਜੀ ਬਿਲਕੁਲ ਬਿਲਕੁਲ। ਬੱਚੇ ਕਿੰਨੇ ਨੇ? ਬੱਚੇ ਸਰ 3 ਨੇ। ਬੱਚੇ 3 ਨੇ, 2 ਬੇਟੇ ਨੇ, 1 ਬੇਟੀ ਹੈ। ਅੱਛਾ, ਉਹਨਾਂ 'ਚ ਵੀ ਕੋਈ ਗਾਉਂਦਾ ਹੈ? ਬੇਟੀ ਗਾਉਂਦੀ ਹੈ। ਬੇਟੀ ਗਾਉਂਦੀ? ਬੇਟੀ ਨੂੰ ਕਾਫੀ ਜ਼ਿਆਦਾ ਸ਼ੌਕ ਹੈ ਤੇ ਉਹਦੀ ਪ੍ਰੈਕਟਿਸ ਵਗੈਰਾ ਕਰਵਾ ਰਿਹਾ। ਬੇਟੇ ਦੋਨੋਂ ਥੋੜੇ ਛੋਟੇ ਨੇ ਅਜੇ ਤੇ ਉਹ ਨਹੀਂ ਅਜੇ ਕੋਈ ਜ਼ਿਆਦਾ ਉਹਨਾਂ ਦਾ ਰੁਝਾਨ ਇਧਰ, ਲੇਕਿਨ ਹੋ ਜਾਏਗਾ। ਉਹ ਦੇਖਣ ਵੀ ਗਾਉਂਦੇ ਨੇ? ਦੀ ਵਾਈਫ ਤੇ ਬਿਲਕੁਲ ਉਹਨਾਂ ਦਾ ਮਿਊਜ਼ਿਕ ਨਾਲ ਤਾਂ ਕੋਈ ਤਾਲੁਕ ਨਹੀਂ। ਕਿਉਂ? ਉਹਨਾਂ ਦਾ ਕੰਮ ਨਹੀਂ? ਨਹੀਂ ਨਹੀਂ ਮੰਨ ਨਹੀਂ ਆ। ਨਹੀਂ ਅਸਾ ਨਹੀਂ, ਮੇਰਾ ਮਤਲਬ ਅਗਰ ਤੇ ਬੇਗਮ ਗੁੰਗੀ ਬੋਲੀ ਮਿਲੀ ਤਾਂ ਤੁਸੀਂ ਦੁਨੀਆ ਦੇ ਖੁਸ਼ਕਿਸਮਤਰੀ ਇਨਸਾਨ ਨਾਲ ਬੋਲਣਾ ਨਾ ਸੁਣਨਾ। ਇਹ ਵੈਸੇ ਹੋਣਾ ਚਾਹੀਦਾ ਸੀ। ਦੇਸਰਾ ਨਹੀਂ, ਉਹ ਐਕਚੁਅਲੀ ਉਹਨੂੰ ਮੇਰੇ ਗਾਣੇ ਦੀ ਸਮਝ ਨਹੀਂ ਆਉਂਦੀ, ਉਹ ਥਾਈ ਨੈਸ਼ਨਲ ਹੈ। ਓਕੇ ਓਕੇ। ਸੋ ਮੇਰੇ ਗਾਣੇ ਦੀ ਸਮਝ ਨਹੀਂ ਆਉਂਦੀ, ਲੇਕਿਨ ਉਹ ਫੈਨ ਹੈ ਕਿ ਮੈਨੂੰ ਕਹਿੰਦੀ ਹੈ ਕਿ ਤੇਰੀ ਆਵਾਜ਼ ਅੱਛੀ ਹੈ, ਤੂੰ ਮਿਊਜ਼ਿਕ ਅੱਛਾ ਕੰਪੋਜ਼ ਕਰਨਾ ਹੈ, ਅੱਛਾ ਮਿਊਜ਼ਿਕ ਬਣਾਉਂਦਾ। ਮੈਂ ਸਮ ਟਾਈਮ ਰਾਤ ਨੂੰ ਕਦੀ ਬਣਾ ਰਿਹਾ ਹਾਂ, ਕੋਈ ਨਵਾਂ ਕੁਛ ਕੰਪੋਜ਼ ਕਰ ਰਿਹਾ ਹਾਂ ਜਾਂ ਕੋਈ ਮਿਊਜ਼ਿਕ ਬਣਾ ਰਿਹਾ ਹਾਂ, ਤਾਂ ਉਹ ਐਪਰੀਸ਼ੀਏਟ ਕਰਦੀ ਮੈਨੂੰ ਕਿ ਅੱਛਾ ਬਣਾਇਆ ਤੂੰ, ਅੱਛਾ ਹੈ। ਸਮ ਟਾਈਮ ਇਸ ਤਰ੍ਹਾਂ ਵੀ ਹੁੰਦਾ, ਕਹਿੰਦੀ ਨਹੀਂ ਇਹ ਨਹੀਂ ਠੀਕ ਬਣਾਇਆ। ਮਤਲਬ ਕਦੀ ਇਸ ਤਰ੍ਹਾਂ ਤਾਂ ਨਹੀਂ ਆਇਆ ਕਿ ਤੁਸੀਂ ਮਿਊਜ਼ਿਕ ਬਣਾ ਰਹੇ ਹੋ ਤੇ ਉਹ ਆਪਣਾ ਮਿਊਜ਼ਿਕ ਮਤਲਬ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੋਵੇ? ਨਹੀਂ 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 ਨਹੀਂ, ਐਸਾ ਕਦੇ ਨਹੀਂ ਆਇਆ, ਜੋ ਮੈਂ ਆਜ਼ਾਦਾਨਾ ਆਪਣਾ ਕੰਮ ਜਿਹੜਾ ਮੈਂ ਕਰ ਸਕਦਾ। I'm not afraid to die।
थाईलैंड दियां कुछ पॉलिसीज़ ऐसियां ने कि वीजा बहुत मुश्किल होंदा उत्थे वास्ते। अच्छा। उत्थे रहण वास्ते वीजा जिहड़ा थोड़ा मुश्किल प्रोसेस है कि या ते कोई अपना बिजनेस वगैरह होए तो कंपनी बेस ते वीजा मिल सकदा तुहानूं। ਆਰਟਿਸਟਾਂ ਨੂੰ ਮੁਸ਼ਕਲਾਂ ਇਹੀ ਨੇ, ਆਰਟਿਸਟ ਇੱਕ ਹੀ ਵੀਜ਼ਾ ਮਿਲ ਸਕਦਾ ਉਹਨਾਂ ਨੂੰ ਸਿਰਫ, ਅਗਰ ਕੋਈ ਕੰਪਨੀ ਉੱਥੋਂ ਕੋਈ ਰੈਸਟੋਰੈਂਟ ਕੋਈ ਹੋਟਲ ਕੋਈ ਇਸ ਤਰ੍ਹਾਂ ਕੋਈ ਅਗਰ ਉਹ ਉਹਨਾਂ ਨੂੰ ਹਾਇਰ ਕਰਦੇ ਨੇ ਕਿ ਸਾਡੇ ਕੋਲ ਤੁਸੀਂ ਸਾਡੇ ਨਾਲ ਕੰਮ ਕਰੋ ਅਪਨੇ ਕੁਛ ਵੀਡੀਓਜ਼ ਸੈਂਡ ਕੀਤੇ ਜਾ ਸਕਦੇ ਨੇ। ਤਾਂ ਇਹ ਵੇਖੀ ਅਗਰ ਉਹਨਾਂ ਨੂੰ ਕੋਈ ਰੀਜ਼ਨੇਬਲ ਲੱਗਦਾ ਹੈ ਤਾਂ ਉਹ ਜ਼ਰੂਰ ਫਿਰ ਉਹ ਕੰਟੈਕਟ ਕਰਨਗੇ, ਟੱਚ ਕਰਦੇ ਨੇ ਫਿਰ ਇਸ ਤਰ੍ਹਾਂ। ਜਿਹੜੇ ਲੋਕ ਇੱਥੋਂ ਪਾਕਿਸਤਾਨ 'ਚੋਂ ਗਏ ਥਾਈਲੈਂਡ, ਇੱਕ ਬੜੀ ਪਿਛਲੇ 5 ਸਾਲ ਪਹਿਲੇ 7 ਸਾਲ ਪਹਿਲੇ ਬੜਾ ਵੱਡਾ ਰੇਲਾ ਗਿਆ ਸੀ, ਉਹਦੇ 'ਚ ਬਹੁਤ ਸਾਰੇ ਲੋਕ ਨਾਕਾਮ ਹੋ ਗਏ, ਉੱਥੇ ਫਸ ਗਏ ਜੇਲ੍ਹਾਂ ਦੇ ਵਿੱਚ, ਕਦੀ ਜੇਲ੍ਹਾਂ 'ਚ ਜਾ ਕੇ ਵੀ ਉਹਨਾਂ ਵਾਸਤੇ ਮਿਊਜ਼ਿਕ ਕੀਤਾ ਜੇ? ਨਹੀਂ, ਜੇਲ੍ਹ 'ਚ ਮਿਊਜ਼ਿਕ ਦੀ ਪਰਮਿਸ਼ਨ ਤਾਂ ਨਹੀਂ ਬਕਾਇਦਾ ਇਸ ਬਹਰਹਾਲ ਇਸ ਤਰ੍ਹਾਂ ਹੈ ਕਿ ਅਸੀਂ ਕੁਛ ਦੋਸਤ ਨੇ, ਚੰਦ ਦੋਸਤ ਹਾਂ ਅਸੀਂ, ਅਤੇ ਅਸੀਂ ਜਿੰਨਾ ਅਸੀਂ ਕਰ ਸਕਦੇ ਹਾਂ ਅਸੀਂ ਉਹਨਾਂ ਦਾ ਖਿਆਲ ਰੱਖਦੇ ਹਾਂ, ਅਸੀਂ ਉਹਨਾਂ ਦੇ ਵਿਜ਼ਿਟ ਵੀ ਕਰਦੇ ਹਾਂ, ਅਤੇ ਅਸੀਂ ਉੱਥੇ ਖਾਣਾ ਵਗੈਰਾ ਵੀ ਸਮ ਟਾਈਮ ਅਸੀਂ ਜਿੰਨਾ ਕੁ ਅਸੀਂ ਕਰ ਸਕਦੇ ਹਾਂ। ਇਹ ਚੀਜ਼ਾਂ ਵੈਸੇ ਮੈਂ ਦੱਸਣਾ ਨਹੀਂ ਚਾਹੁੰਦਾ, ਲੇਕਿਨ ਜੋ ਖੁਦਾ ਨੂੰ ਮਨਜ਼ੂਰ ਹੁੰਦਾ ਥੋੜ੍ਹਾ ਬਹੁਤ, ਜਿੰਨੀ ਕੋਈ ਤੌਫੀਕ ਹੁੰਦੀ ਅਸੀਂ ਅਸੀਂ ਹੈਲਪ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਜ਼ਰੂਰ। ਸੋ
ਮਤਲਬ ਤੁਸੀਂ ਮਿਊਜ਼ਿਕ ਕਿਉਂਕਿ ਤੁਸੀਂ ਮਿਊਜ਼ੀਸ਼ੀਅਨ ਹੋ ਤੁਸੀਂ ਇਹ ਮਿਊਜ਼ਿਕ ਕਰਦੇ ਹੋ ਤੁਸੀਂ ਆਉਣ ਵਾਲੀ ਆਪਣੀ ਨਸਲ ਨੂੰ ਔਰ ਖਾਸ ਤੌਰ ਤੇ ਜਿਹੜੇ ਤੁਹਾਡੇ ਤੋਂ ਜਿਹੜੇ ਜੂਨੀਅਰ ਜਿਹੜੇ ਸਿੱਖਦੇ ਪਏ ਹਨ ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦਿਓਗੇ ਮਿਊਜ਼ਿਕ ਬਾਰੇ ਮਿਊਜ਼ਿਕ ਦਾ ਮਸ਼ਵਰਾ ਮੈਂ ਇਹ ਦੇ ਸਕਦਾ ਹਾਂ ਕਿ ਬਹੁਤ ਅੱਛੀ ਹੈ ਔਰ ਅੱਛੀ ਚੀਜ਼ ਹੈ ਪ੍ਰੋਪਰ ਇੱਕ ਬਿਜ਼ਨਸ ਹੈ ਪ੍ਰੋਪਰ ਇੱਕ ਜੌਬ ਹੈ ਤੁਸੀਂ ਇਹਨੂੰ ਇੰਜੋਏ ਵੀ ਕਰੋ ਅਤੇ ਇਹਦੇ ਤੋਂ ਅਰਨਿੰਗ ਵੀ ਹੁੰਦੀ ਹੈ ਇਸ ਤਰ੍ਹਾਂ ਨਹੀਂ ਕਿ ਲੋਕ ਪਾਕਿਸਤਾਨ ਵਿੱਚ ਜਿਸ ਤਰ੍ਹਾਂ ਪੁੱਛਦੇ ਨੇ ਮਿਊਜ਼ਿਕ ਤਾਂ ਕਰਦੇ ਹੋ ਕੰਮ ਕੀ ਕਰਨਾ ਤੁਸੀਂ ਵੀ ਸਵਾਲ ਕੀਤਾ ਮਤਲਬ ਲੇਕਿਨ ਇਹ ਕਿ ਪ੍ਰੋਪਰ ਇੱਕ ਜੌਬ ਹੈ ਲੇਕਿਨ ਇਹਨੂੰ ਸਿੱਖ ਕੇ ਕਰੋ ਸਿੱਖਣਾ ਜ਼ਰੂਰੀ ਹੈ ਅਤੇ ਇੰਟਰਨੈਸ਼ਨਲ ਲੈਵਲ 'ਤੇ ਜਦੋਂ ਅਸੀਂ ਮਿਊਜ਼ਿਕ ਨੂੰ ਕਰਨੇ ਹਾਂ ਤਾਂ ਉਦੋਂ ਸਾਨੂੰ ਸਮਝ ਆਉਂਦੀ ਹੈ ਕਿ ਸਾਡਾ ਮਿਊਜ਼ਿਕ ਕਿਸ ਜਗ੍ਹਾ 'ਤੇ ਖੜ੍ਹਾ ਅਤੇ ਇੰਟਰਨੈਸ਼ਨਲ ਮਿਊਜ਼ਿਕ ਕਿਸ ਜਗ੍ਹਾ 'ਤੇ ਖੜ੍ਹਾ ਉਹਦੇ ਤੱਕ ਅਪਰੋਚ ਬਣਾਉਣ ਵਾਸਤੇ ਉਹ ਫਿਰ ਸਾਨੂੰ ਸਿੱਖਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਅਤੇ ਨੌਜਵਾਨਾਂ ਵਾਸਤੇ ਜਾਂ ਮੇਰੇ ਤੋਂ ਜਿਹੜੇ ਥੋੜ੍ਹੇ ਛੋਟੀ ਏਜ ਦੇ ਨੇ ਜੂਨੀਅਰ ਲੋਕ ਨੇ ਮੈਂ ਸੁਜੈਸਟ ਕਰਾਂਗਾ ਕਿ ਸਿੱਖੋ ਇਹਨੂੰ ਸਿੱਖ ਕੇ ਕਰਨਾ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਸਾਡੇ ਇੱਕ ਹਵਾ ਚੱਲੀ ਹੈ ਗੋਸਪਲ ਸਿੰਗਿੰਗ ਦੀ ਔਰ ਉਹਦੇ 'ਚ ਜਿਸ ਤਰ੍ਹਾਂ ਦੀ ਮਰਜ਼ੀ ਲੋਕ ਸ਼ਾਇਰੀ ਵੀ ਕਰ ਦਿੰਦੇ ਨੇ ਔਰ ਲੋਕ ਗਾ ਵੀ ਦਿੰਦੇ ਨੇ ਅਤੇ ਉਹਨੂੰ ਪ੍ਰਜੈਂਟ ਵੀ ਕਰ ਦਿੱਤਾ ਜਾਂਦਾ ਹਰ ਤਰੀਕੇ ਨਾਲ ਜਿਸ ਤਰ੍ਹਾਂ ਲੋਕਾਂ ਦਾ ਦਿਲ ਕਰਦਾ ਹੈ ਅੱਜ ਕੱਲ੍ਹ ਦੀ ਗੋਸਪਲ ਸਿੰਗਿੰਗ ਔਰ ਤੁਹਾਡੇ ਅੱਬਾ ਜੀ ਦੇ ਟਾਈਮ ਦੀ ਜਿਹੜੀ ਗੋਸਪਲ ਸਿੰਗਿੰਗ ਉਹਦੇ 'ਚ ਫਰਕ ਦੱਸੋ ਔਰ ਅੱਜ ਦੀ ਗੋਸਪਲ ਸਿੰਗਰ ਜਿਹੜੇ ਨੇ ਉਹਨਾਂ ਨੂੰ ਅਗਰ ਕੋਈ ਮਸ਼ਵਰਾ ਦੇਣਾ ਸਰ ਮੇਨ ਇਹਦਾ ਮਤਲਬ ਹੈ ਕਿ ਪੂਜਾ ਇਬਾਦਤ ਪ੍ਰਸਤਿਸ਼ ਰੂਹ ਨਾਲ ਕੀਤੀ ਜਾਏ ਤਾਂ ਕਿਆ ਬਾਤ ਹੈ ਸੰਜੀਦਗੀ ਨਾਲ ਕੀਤੀ ਜਾਏ ਤਾਂ ਬਹੁਤ ਅੱਛੀ ਗੱਲ ਹੈ ਮੈਂ ਮਸ਼ਵਰਾ ਵਰਸ਼ਿਪਰਸ ਨੂੰ ਇਹੀ ਦੇਣਾ ਚਾਹਾਂਗਾ ਕਿ ਜਿਹੜਾ ਵੀ ਤੁਸੀਂ ਵੀਡੀਓ ਕਰਦੇ ਹੋ ਗੀਤ ਗਾਉਂਦੇ ਹੋ ਉਹਦੇ 'ਚ ਇੱਕ ਸੰਜੀਦਗੀ ਆਉਣੀ ਚਾਹੀਦੀ ਹੈ ਇੱਕ ਪਤਾ ਚੱਲਣਾ ਚਾਹੀਦਾ ਕਿ ਸਾਡਾ ਇੱਕ ਗੋਸਪਲ ਮਿਊਜ਼ਿਕ ਹੈ ਉਹਦੀ ਇੱਕ ਅਲੱਗ ਹੀ ਹੋਣਾ ਚਾਹੀਦਾ ਉਹਨੂੰ ਅਸੀਂ ਉਹਦੇ 'ਚ ਇਹ ਨਹੀਂ ਫੀਲ ਹੋਣਾ ਚਾਹੀਦਾ ਕਿ ਅੱਛਾ ਹੈ ਕੋਈ ਫਿਲਮੀ ਮਿਊਜ਼ਿਕ ਹੈ ਜਾਂ ਕੋਈ ਫਿਲਮੀ ਰੰਗ ਉਹਦੇ 'ਚ ਨਜ਼ਰ ਆ ਰਿਹਾ ਉਹ ਮਿਊਜ਼ਿਕ ਸਟਾਰਟ ਹੁੰਦਿਆਂ ਪਤਾ ਲੱਗਣਾ ਚਾਹੀਦਾ ਕਿ ਇਹ ਮਜ਼ਹਬੀ ਮਿਊਜ਼ਿਕ ਹੈ ਸਾਡਾ ਇੱਕ ਚਰਚ ਦਾ ਮਿਊਜ਼ਿਕ ਹੈ ਗੋਸਪਲ ਮਿਊਜ਼ਿਕ ਹੈ ਅਤੇ ਬਾਕੀ ਰਹੀ ਪ੍ਰੋਫੈਸ਼ਨਲ ਕਮਰਸ਼ੀਅਲ ਮਿਊਜ਼ਿਕ ਦੀ ਗੱਲ ਤਾਂ ਅੱਛੀ ਗੱਲ ਹੈ ਆਓ ਚੇਸ ਕਰੋ ਬਣਨਾ ਚਾਹੀਦਾ ਰੂਨਾ ਲੈਲਾ ਬਣੋ ਰੋਪਨ ਗੋਸ਼ ਬਣੋ ਇਹ ਨੀਅਰ ਸਾਹਿਬ ਸਾਡੇ ਸਾਹਮਣੇ ਇੱਕ ਮਿਸਾਲ ਨੇ ਅਤੇ ਚੇਸ ਕਰੋ ਮਰਦਰਾ ਸੰਧੂ ਸਾਹਿਬ ਤੁਸੀਂ ਪਾਕਿਸਤਾਨ ਦੇ ਵਿੱਚ ਵੀ ਮਿਊਜ਼ਿਕ ਕਰਦੇ ਰਹੇ ਹੋ ਤੁਸੀਂ ਉੱਥੇ ਜਾ ਕੇ ਵੀ ਮਿਊਜ਼ਿਕ ਕਰ ਰਹੇ ਹੋ ਜੀ ਔਰ ਖੁਦਾ ਕਰੇ ਕਿਸ ਤਰ੍ਹਾਂ ਤੁਸੀਂ ਜਿਹੜਾ ਹੈ ਆਪਣਾ ਨਾਂ ਜਿਹੜਾ ਹੈ ਔਰ ਆਪਣੇ ਥਰੂ ਜਿਹੜਾ ਹੈ ਆਪਣੇ ਖਾਨਦਾਨ ਦਾ ਔਰ ਵੱਧ ਵਿੱਚ ਮਤਲਬ ਆਪਣੇ ਖੁਦਾ ਨੂੰ ਵੀ ਜਿੰਨਾ ਤੁਸੀਂ ਟਾਈਮ ਦੇ ਸਕਦੇ ਹੋ ਉਹ ਤੁਸੀਂ ਦਿਓ ਔਰ ਇਸ ਤਰ੍ਹਾਂ ਹੀ ਵੱਧਦੇ ਰਹੋ ਅਗਰ ਕੋਈ ਗੱਲ ਜਿਹੜੀ ਹੈ ਤੁਸੀਂ ਮੇਰੇ ਵਿਊਵਰਸ ਦੇ ਨਾਲ ਨੈਸ਼ਨਲ ਨਿਊਜ਼ ਦੇ ਵੇਖਣ ਵਾਲਿਆਂ ਨਾਲ ਗੱਲ ਕਰਨਾ ਚਾਹੁੰਦੇ ਹੋ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਜੀ ਕਿ ਜਿਹੜਾ ਵੀ ਕੰਮ ਕਰਦੇ ਹੋ ਉਹਨੂੰ ਰੂਹ ਅਤੇ ਸੱਚਾਈ ਨਾਲ ਕਰੋ ਅਤੇ ਉਹਨੂੰ ਆਪਣਾ ਇੱਕ ਕੰਮ ਜਾਣ ਕੇ ਕਰੋ ਕੰਮ ਚਲਾਉਣ ਵਾਲੀ ਗੱਲ ਨਹੀਂ ਉਹਨੂੰ ਪਰਫੈਕਟ ਤਰੀਕੇ ਨਾਲ ਕਰਨਾ ਚਾਹੀਦਾ ਅਤੇ ਵਧੀਆ ਤਰੀਕੇ ਨਾਲ ਕਰੋ ਅਤੇ ਖੁਦਾ ਉਹਦੇ 'ਚ ਬਰਕਤ ਦਿੰਦਾ ਖੁਦਾ ਉਹਦੇ 'ਚ ਫਿਰ ਇੱਕ ਮੁਕਾਮ ਬਣਾਉਂਦਾ ਇੱਕ ਜਗ੍ਹਾ ਵੀ ਬਣਦੀ ਹੈ ਨਾਜ਼ਰੀਨ ਤੁਸੀਂ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਮੈਂ ਯੂਡੀ ਸੰਧੂ ਦੇ ਨਾਲ ਯਾਨੀ ਉਮਰ ਦਰਾਜ਼ ਸੰਧੂ ਦੇ ਨਾਲ ਕੀਤਾ ਹੈ ਤੁਸੀਂ ਦੇਖਿਆ ਹੈ ਉਹ ਮੈਨੂੰ ਉਰਦੂ ਦਾ ਸ਼ੇਅਰ ਯਾਦ ਆ ਗਿਆ ਹੈ
ਕੁਸ ਗੈਰਤੇ ਨਾਹੀਦ ਕੀ ਹਰ ਤਾਨ ਹੈ ਦੀਪਕ ਸ਼ੋਲਾ ਸਾ ਲਪਕ ਜਾਏ ਹੈ। ਆਵਾਜ਼ ਤਾਂ ਦੇਖੋ, ਖੁਦਾ ਨੇ ਉਮਰ ਦਰਿਆ ਸੰਧੂ ਨੂੰ ਆਵਾਜ਼ ਵੀ ਦਿੱਤੀ ਔਰ ਸਾਜ਼ ਵੀ ਦਿੱਤਾ, ਸਾਜ਼ ਨੂੰ ਵਜਾਉਣ ਦਾ ਬਲ ਵੀ ਦਿੱਤਾ ਹੈ। ਲੇਕਿਨ ਉਹਨਾਂ ਦੀ ਇੱਕ ਗੱਲ ਜਿਹੜੀ ਹੈ ਉਹ ਬੜੀ ਜ਼ਬਰਦਸਤ ਹੈ ਵੀ ਕੰਮ ਬੰਦੇ ਨੂੰ ਉਹ ਕਰਨਾ ਚਾਹੀਦਾ ਹੈ ਜਿਹ 'ਚ ਉਹਦਾ ਮਨ ਲੱਗੇ, ਜਿਹ 'ਚ ਉਹਦਾ ਚਿੱਤ ਲੱਗੇ, ਜਿਹਦੇ 'ਚ ਉਹਨੂੰ ਮਜ਼ਾ ਆਵੇ। ਕੰਮ ਆਪਾਂ ਕੋਈ ਵੀ ਕਰੀਏ, ਕੰਮ ਆਪਾਂ ਕਿਸੇ ਵੀ ਤਰ੍ਹਾਂ ਦਾ ਕਰੀਏ, ਜਦੋਂ ਸੱਚਾਈ ਨਾਲ ਤੇ ਰੂਹ ਨਾਲ ਕਰਾਂਗੇ ਤੇ ਉਸ ਕੰਮ ਦਾ ਆਪਣੇ ਆਪ ਨੂੰ ਵੀ ਮਜ਼ਾ ਆਏਗਾ ਤੇ ਦੂਜਿਆਂ ਨੂੰ ਵੀ। ਅਸੀਂ ਖਾ ਮਿਊਜ਼ਿਕ ਕਰੀਏ ਖਾ ਕੋਈ ਕੰਮ ਕਰੀਏ, ਇੰਜ ਦਾ ਕਰਨਾ ਚਾਹੀਦਾ ਹੈ ਕਿ ਉਹਦੇ 'ਚ ਆਪਣੀ ਤੇ ਦੂਜਿਆਂ ਦੀ ਇੱਜ਼ਤ ਬਣੇ। ਸੋ ਖੁਦਾਵੰਦ ਇਸ ਤਰ੍ਹਾਂ ਹੀ ਕਰੇ ਕਿ ਉਮਰ ਦਰਾਜ਼ ਦੀ ਉਮਰ ਜਿਹੜੀ ਹੈ ਇਸ ਤਰ੍ਹਾਂ ਹੀ ਦਰਾਜ਼ ਹੋਵੇ ਔਰ ਇਹਨੂੰ ਖੁਦਾ ਲੰਬੀ ਸੋਹਣੀ ਤੇ ਸਵੱਲੀ ਜਿਹੜੀ ਉਮਰ ਹੈ ਉਹ ਦੇਵੇ, ਇਹਨੂੰ ਇਹਦੇ ਬੱਚਿਆਂ ਦੇ ਉੱਤੇ ਸਲਾਮਤ ਰੱਖੇ ਔਰ ਇਸ ਤਰ੍ਹਾਂ ਦੇ ਹੋਰ ਵੀ ਜਿੰਨੇ ਗਾਣ ਵਜਾਉਣ ਵਾਲੇ ਨੇ ਜਿਹੜੇ ਰੂਹ ਦੀ ਇਸ ਗਜ਼ਾ ਨੂੰ, ਰੂਹ ਦੀ ਇਸ ਖੁਰਾਕ ਨੂੰ ਲੋਕਾਂ ਦੇ ਕੰਨਾਂ ਤੱਕ ਪੜਾਉਂਦੇ ਨੇ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਜਿਹੜਾ ਹੈ ਆਪਣਾ ਘਰ ਬਣਾਉਂਦੇ ਨੇ, ਉਹ ਜਿਹੜੇ ਨੇ ਉਹ ਇੰਜੀ ਹੱਸਦੇ ਵੱਸਦੇ ਗਾਉਂਦੇ ਵਜਾਉਂਦੇ ਰਹਿਣ। ਅੱਜ ਦੀ ਗੱਲ ਇੱਥੇ ਮੁਕਾਨੇ ਆ, ਰੱਬ ਰਾਖਾ।